ਬੇਟੀ ਦਾ ਕੀ ਹਾਲ ਹੈ? ਪਹਿਲਾਂ ਦਿਆ ਦੱਸੋ। ਗਈ ਸੀ ਮੈਂ ਉੱਪਰ, ਕੱਲ ਵਾਲਾ ਹੀ ਆ ਹਾਲੇ ਵੀ, ਹਾਂਜੀ, ਕੱਲ ਵਾਲਾ ਹੀ ਹਾਲ ਤੇ ਘਰੇ ਆਇਆ ਨੀ ਕੋਈ ਭੇਜੇ? ਨਹੀਂ। ਅੱਛਾ, ਮੈਂ ਉੱਥੇ ਅੰਮ੍ਰਿਤਸਰ ਜੀ। ਹਾਂਜੀ ਹਾਂਜੀ, ਅੱਛਾ, ਘਰੇ ਆਪਣਾ ਕਿਹਨੇ ਆਉਣਾ ਸੀ? ਮਾਂ ਪੁੱਤ ਹੈ ਕਿਹੜਾ ਵੀ ਆਪਣਾ ਜ਼ਿਆਦਾ ਇੱਕ ਜਾਂਦਾ। ਬਾਈਟ ਕਰਨੀ ਸੀ ਤੁਹਾਡੀ ਹਵਾਲੇ ਵਾਲੇ ਲੋਕ ਨੇ, ਜਿਹਨਾਂ ਨੇ ਦੱਸਿਆ ਵਾ ਅਕਸਰ ਵੀ ਇਹਨਾਂ ਦਾ ਨਾ ਲੜਾਈ ਝਗੜਾ ਘਰ ਰਹਿੰਦਾ ਸੀ। ਕੋਈ ਭਾਜੀ ਲੜਾਈ ਝਗੜਾ ਨਹੀਂ ਸਾਡਾ, ਇੰਨੇ ਪਿਆਰ ਨਾਲ ਉਹਨੂੰ ਰੱਖਿਆ ਦਾ। ਅੱਗੇ ਸਾਰੇ ਜਣੇ ਇਹ ਰਿਸ਼ਤੇਦਾਰ ਕਹਿੰਦੇ ਸਾਡੀ ਕੁੜੀ ਖੁਸ਼ ਬੜੀ ਖੁਸ਼ ਬੜੀ, ਤੇ ਹੁਣ ਲੜਾਈ ਝਗੜਾ ਹੋ ਗਿਆ। ਲੜਾਈ ਝਗੜਾ ਹੁੰਦਾ ਤੇ ਕਰੀ ਤਾਂ ਦੋਨਾਂ ਨੂੰ, ਪੇਕਿਆਂ ਨੂੰ ਵੀ ਬੁਲਾਉਂਦੀ ਕੋਈ ਗੱਲਬਾਤ ਕਰਦੀ ਹੈ ਨਾ। ਉਹਦੀ ਮੰਮੀ ਸਾਡੇ ਘਰ ਅਕਸਰ ਹਫਤੇ ਬਾਅਦ ਹੀ ਮੇਰੇ ਘਰ ਆ ਜਾਂਦੇ ਆ, ਠੀਕ ਹੈ, ਤੇ ਉਹ ਮੇਰੇ ਘਰ ਬਹਿ ਕੇ ਰਾਤ ਵੀ ਰਹਿ ਕੇ ਜਾਂਦੇ ਆ, ਜੀ ਮੇਰੇ ਕੋਲ ਬੈਠੇ ਆ, ਜੀ ਮੇਰੇ ਕੋਲ ਆ ਰਾਤ ਦੀ, ਕੱਲ ਦੀ ਇੱਥੇ ਆ ਉਹਦੀ ਮੰਮੀ ਜੀ ਤੇ ਜਿਸ ਲੜਕੀ ਦੀ, ਹਾਂ ਜੀ ਤੇ ਉਹ ਮੇਰੇ ਕੋਲ ਆ। ਨਹੀਂ ਉਹ ਜਿਸ ਕਹਿੰਦੇ ਇੱਡੀ ਖੁਸ਼ ਸਾਡੀ ਕੁੜੀ, ਇਹ ਜੀ ਕੀ ਹੋ ਗਿਆ, ਕਿਸ ਜੀ ਤਰ੍ਹਾਂ ਹੋ ਗਿਆ ਇਹ? ਜੀ ਪਰ ਜਿਹੜਾ ਇੱਕ ਛਾਲ ਮਾਰਨੀ ਹਾਂ ਕੋਠੇ ਤੋਂ, ਉਹ ਕਹਿੰਦੇ ਇੱਕ ਮੈਂ ਲੇਡੀਜ਼ ਕਹਿੰਦੀ ਸਾਹਮਣੇ ਉਹਨੇ ਦੇਖਿਆ ਇਹ ਘਰ ਦੇ ਛੱਤ ਭਾਜੀ, ਤੋਂ। ਅਸੀਂ ਤਾਂ ਮੈਂ ਤਾਂ ਨੀਚੇ ਦੀ ਭੂਆ ਜੀ ਨਾ, ਇਹਨਾਂ ਨਾਲ ਸੋਨੀ ਦੀ ਬੇਟੀ ਮੰਮੀ ਨਾਲ ਨੀ ਗੱਲ ਕਰਦੀ ਪਈ ਆ। ਹਾਂਜੀ ਮੈਂ ਇਹਨੂੰ ਕਿਹਾ, ਮੈਂ ਕਿ ਕ੍ਰਿਸ਼ਮਾ ਭੂਆ ਦਾ ਫੋਨ, ਕਹਿੰਦੀ ਮੇਰੀ ਗੱਲ ਹੋ ਗਈ ਹਾਂਜੀ ਵੀ ਰੱਖੜੀ ਦਾ ਕਹਿੰਦੇ ਪਏ ਆ। ਹਾਂਜੀ ਮੈਂ ਕਿਹਾ ਏਦਾਂ ਗੱਲ ਹੋਈ ਆ, ਰੱਖੜੀ ਕਹਿੰਦੇ ਆ, ਤੇ ਮੈਂ ਕਿਹਾ ਜਦੋਂ ਵੀ ਜਾਣਾ ਹੋਇਆ ਤੇਰੀ ਚਾਚੀ ਨੇ, ਤੂੰ ਇੱਕ ਦਿਨ ਪਹਿਲਾਂ ਜਾ ਕੇ ਜੇ ਬਣਾਉਣੀ ਹੋ ਬਣਾ ਲਵਾਂਗੇ, ਜੇ ਰੱਖੂਗਾ। ਹਾਂਜੀ ਮੈਨੂੰ ਕਹਿੰਦੇ ਤੁਸੀਂ ਨਾਲ ਆਈ, ਮੈਂ ਕਿਹਾ ਚਲੋ ਮੈਂ ਦੇਖੂਗੀ, ਜੇ ਤਾਂ ਮੇਰੀ ਸ਼ੂਗਰ ਠੀਕ ਰਹੀ ਮੈਂ ਆ ਦੂੰਗੀ, ਨਹੀਂ ਤਾਂ ਮੈਂ ਨਹੀਂ, ਜੀ ਹੈ ਨਾ। ਹੋਰ ਕੋਈ ਗੱਲ ਨਹੀਂ ਹੋਈ ਇਸ ਕਾਰਨ ਬਾਰੇ, ਕਿਸ ਤਰ੍ਹਾਂ ਕਿਸ ਤਰੀਕੇ ਨਾਲ ਬੱਚੀ ਸਾਨੂੰ ਤੇ ਨੇ? ਮੈਨੂੰ ਤੇ ਖੁਦ ਵੀ ਨਹੀਂ ਸਮਝ, ਮੈਨੂੰ ਤੇ ਮੇਰੇ ਦਿਮਾਗ ਦੀ ਜਿਹੜੀ ਗੱਲ ਆਉਂਦੀ ਹੈ ਨਾ, ਹਾਂਜੀ ਕਿ ਇਹ ਕੋਠੇ ਕਮਰਾ ਆ ਸਾਡਾ, ਉਹ ਸਫਾਈ ਵਾਲੇ ਕਰਕੇ ਗਈ ਹੈ, ਜੀ ਇਹਨੇ ਸਾਰੀ ਸਫਾਈ ਵੀ ਕਰਾਈ ਆ, ਜੀ ਠੀਕ ਹੈ, ਤੇ ਬ੍ਰੇਕਫਾਸਟ ਮੈਂ ਬਣਾਉਣੀ ਆ ਡੇਲੀ, ਜੀ ਮੈਂ ਬ੍ਰੇਕਫਾਸਟ ਬਣਾਉਣ ਲੱਗੀ ਹਾਂ। ਮੈਂ ਆਵਾਜ਼ ਮਾਰੀ, ਮੈਂ ਤਾਂ ਸ਼ੀਸ਼ਮਾ ਮੈਂ ਲੱਗੀ ਰੋਟੀ ਬਣਾਉਣ, ਕਹਿੰਦੀ ਬਸ ਤੁਸੀਂ ਕਰੋ, ਮੈਂ ਆ ਗਈ। ਇਹਨਾਂ ਦੋਨਾਂ ਨੇ ਫਿਰ ਬੈਠੇ ਰੋਟੀ ਖਾਧੀ ਜੀ, ਆਪਣੀ ਜਿੰਨੀ ਖਾਂਦੇ ਹੋ ਖਾ ਕੇ, ਫਿਰ ਮੈਂ ਆਪਣੀ ਪਰੌਂਠੀਆਂ ਬਣਾਈਆਂ, ਚਾਹ ਬਣਾਈ, ਦਵਾਈ ਖਾਧੀ, ਆ ਗਈ ਇਹਨੇ ਮੇਰੇ ਭਾਂਡੇ ਆਪਣੇ ਭਾਂਡੇ ਕੋ, ਫਿਰ ਸੋਈ ਸਾਫ਼ ਕੀਤੀ, ਸਫਾਈ ਵਾਲੀ ਆ ਗਈ ਸਫਾਈ ਕਰਾਉਣ। ਹਾਂ ਕੋਠੇ ਤੇ ਰੂਮ ਆ ਸਾਡਾ, ਉੱਥੇ ਰੂਮ ਤੇ ਖੁੱਲਾ ਰਹਿ ਗਏ, ਉਹਦੇ ਵਿੱਚ ਬਿੱਲੀ ਪੋਟੀ ਵਗੈਰਾ ਕਰ ਜਾਂਦੀ ਬੈਡ ਦੀ, ਉਹ ਕੰਬਲੀ ਬੰਦ ਨਹੀਂ ਕਰਕੇ ਜਾਂਦੀ। ਹਾਂ ਉਹ ਜ਼ਰੂਰ ਦੇਖਣ ਜਾਂਦੀ ਆ। ਨਹੀਂ ਮੈਂ ਇਸ ਗੱਲ ਦੀ, ਇੱਕ ਨਾ ਸਾਹਮਣੇ ਲੇਡੀ ਸੀ, ਉਹ ਕਹਿੰਦੇ ਮੈਂ ਕੋਠੇ ਤੋਂ ਦੇਖਿਆ ਸੀ, ਉਹ ਛਲਾਂਗ ਲਾਉਣ ਲੱਗੇ ਤੇ ਫਿਰ ਜਦ ਮਨਾ ਕੀਤਾ ਤੇ ਉਹ ਪਿੱਛੇ ਚਲ ਗਈ, ਫਿਰ ਪਿੱਛੋਂ ਆਵਾਜ਼ ਆਈ ਤੇ ਫਿਰ ਉਹਨੇ ਜਾਲ ਲਗਾਤੀ। ਪਿੱਛੋਂ ਆਵਾਜ਼ ਆਈ, ਹਾਂ ਪਿੱਛੋਂ ਲੈ, ਅਸੀਂ ਤਾਂ ਨੀਚੇ, ਮੈਂ ਉਹਦੇ ਭੂਆ ਨਾਲ ਗੱਲ ਕਰਦੀ ਪਈ ਸੀ, ਤੇ ਅਭੀ ਤਾਂ ਅਸੀਂ ਨੀਚੇ ਚੱਲੇ ਸਮਾਨ ਬਣਾਉਣ ਵਾਸਤੇ, ਜੀ ਠੀਕ ਹੈ, ਤੇ ਦੁਕਾਨ ਦਾ ਕਾਰਨ ਤਿਆਰੀ ਕਰਨੀ ਕਾਰਨ ਬੱਚੀ ਦਾ ਪਤਾ ਨਹੀਂ ਲੱਗਾ ਕੀ ਕਾਰਨ ਬਣਿਆ। ਜੇ ਉਹਨਾਂ ਨੇ ਮੈਨੂੰ ਬਾਜ ਮਾਰੀ, ਅਭੀ ਅਭੀ ਕੁੜੀ ਥੱਲੇ ਡਿੱਗ ਗਈ, ਜੀ ਮੈਂ ਕਿਹਾ ਅਭੀ ਉਹ ਕਿੱਦਾਂ ਡਿੱਗ ਗਈ? ਕਹਿੰਦੇ 15 ਮਿੰਟ ਗੇਟ ਹੀ ਨਹੀਂ ਖੋਲਿਆ। 15 ਭਾਜੀ ਇੱਕ ਮਿੰਟ ਦੱਸੋ, ਮੇਰੇ ਕੋਲ ਕੈਮਰਾ, ਮੇਰੇ ਬਾਹਰ ਕੈਮਰਾ, ਠੀਕ ਹੈ, ਇਹ ਤੁਸੀਂ ਕਿਸ ਤਰ੍ਹਾਂ ਕਿਸੇ ਦੇ ਪਿੱਛੇ ਕਹਿ ਦੋਗੇ ਕਿ 15 ਮਿੰਟ? ਨਹੀਂ ਸਾਨੂੰ ਮੱਲੇ, ਜਦੋਂ ਉਹਨਾਂ ਨੇ, ਮੈਂ ਨਹੀਂ ਕਿਹਾ ਮੱਲੇ ਵਾਲੇ ਨਹੀਂ ਕਰਦੇ ਨਹੀਂ ਨਾ, ਮੈਂ ਗੱਲ ਕਰਦੀ ਹਾਂ, ਅਸੀਂ ਉਸੇ ਵੇਲੇ ਬਾਹਰ ਭੱਜੇ, ਮੇਰੇ ਕੋਲ ਚੁੰਨੀ ਨਹੀਂ ਸੀ, ਠੀਕ ਹੈ, ਜੀ ਉਹਨਾਂ ਨੇ ਕਿਹਾ ਸਿਰ ਤੇ ਸੱਟ ਲੱਗੀ ਚੁੰਨੀ ਬੰਨੋ, ਇਹ ਜੀ ਫਟਾਫਟ ਕੋਠੇ ਚੁੰਨੀ ਲੈਣ ਗਿਆ, ਮੈਂ ਕਿਸੇ ਦੀ ਚੁੰਨੀ ਕੀਤੀ ਆਪਣੇ ਉੱਤੇ ਲਈ, ਜੀ ਮੈਂ ਨਾਲ ਦੀ ਜਿਹਨੇ ਕਾਰਨਰ ਵਾਲਾ ਘਰ ਹੈ, ਜੀ ਮੈਂ ਕਿਹਾ, ਮੈਂ ਕਿਹਾ ਉਹਦੇ ਉੱਤੇ ਕੁਛ ਲਪੇਟਣ ਵਾਸਤੇ ਦੋ, ਜੀ ਉਹਨੇ ਨਾ ਮੈਨੂੰ ਚਾਦਰ ਫੜਾਈ, ਮੈਂ ਕਿਹਾ ਸਗੋਂ ਚੁੰਨੀ ਦਿੰਦੀ, ਕਹਿੰਦੀ ਉਹ ਵੀ ਲੈ, ਇਹਨੇ ਫਟਾਫਟ ਕਹਿੰਦੇ ਕੋਈ ਕਹਿੰਦਾ ਆਟੋ ਕਰੋ, ਕੋਈ ਕਹਿੰਦਾ ਕੁਛ ਕਰੋ, ਹੈਂ ਇਹ ਕਹਿੰਦਾ ਨਹੀਂ ਮੈਂ ਵੇਟ ਨਹੀਂ ਕਰਨੀ, ਕਿਸੇ ਮੁੰਡੇ ਨੇ ਕਿਹਾ ਤੂੰ ਸਕੂਟੀ ਚਲਾ, ਮੈਂ ਉੱਤੇ ਬਿਠਾਇਆ, ਚੱਲ ਪ੍ਰੈਸ ਭਾਜੀ ਕਹਿੰਦੇ ਪ੍ਰੈਸ ਆ ਮੈਂ। ਅੱਛਾ ਇਹਨਾਂ ਦੇ ਮੰਮਾ ਹੈਗੇ ਲੱਗੇ ਤੁਹਾਡੇ ਲੜਕੀ ਦੇ? ਇੱਕ ਸੈਕਿੰਡ, ਇੱਕ ਮਿੰਟ, ਮੇਰੇ ਕੋਲ ਆ ਉਹਦੇ ਮੰਮੀ, ਇੱਕ ਮਿੰਟ ਭਾਜੀ ਹੋਲਡ ਕਰਨਾ, ਚਲੋ ਠੀਕ ਆ ਭਾਜੀ ਮੈਂ ਕਰਦੀ ਬੈਕ ਕਰ ਦੇ। ਵੇਖੋ ਜੀ, ਇਹ ਸ਼ਾਰਪ ਦਿਮਾਗ ਨਾਲ ਸਾਰਾ ਕੰਮ ਹੋਇਆ, ਜਦਕਿ ਲੜਕੀ ਵਾਲਿਆਂ ਨੂੰ 4-5 ਮਹੀਨੇ ਪਤਾ ਹੀ ਨਹੀਂ ਲੱਗਾ ਕਿ ਸਾਡੀ ਧੀ ਜਿਹੜੀ ਕਿੰਨੀ ਦੁਖੀ ਆ, ਅਤੇ ਅੱਜ ਜਦੋਂ ਅਸੀਂ ਮੁਹੱਲਾ ਵਾਸੀਆਂ ਦੇ ਵਿੱਚ ਆ ਕੇ ਮੈਂ ਖੁਦ ਗੱਲ ਕੀਤੀ ਆ, ਇੱਥੇ 2-3 ਵੀਰ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਕੱਲ੍ਹ ਪੂਰਾ ਝਗੜਾ ਹੁੰਦਾ ਰਿਹਾ, ਲੜਕੀ ਨੂੰ ਕੁੱਟਿਆ ਗਿਆ ਪੂਰਾ ਚੰਗੀ ਤਰ੍ਹਾਂ ਤਸੱਲੀ ਨਾਲ। ਦੂਸਰੀ ਗੱਲ ਕਿ ਜਦੋਂ ਲੜਕੀ ਉੱਪਰੋਂ ਛਾਲ ਮਾਰਨ ਲੱਗੀ ਆ, ਅਤੇ ਆ ਭੈਣ ਇੱਕ ਸਾਹਮਣੇ ਬਿਲਕੁਲ ਘਰ ਹੈ, ਇਹਨਾਂ ਨੇ ਇਸ਼ਾਰਾ ਕੀਤਾ ਕਿ ਮਤਲਬ ਤੁਸੀਂ ਨਾ ਇਸ ਤਰ੍ਹਾਂ ਨਾ ਕਰਿਓ, ਛਾਲ ਨਾ ਮਾਰਿਓ, ਉਹਨੇ ਪੈਰ ਪਿੱਛੇ ਕੀਤਾ ਅਤੇ ਮਗਰੋਂ ਆਵਾਜ਼ ਆਈ ਆ, ਉਹਨਾਂ ਨੇ ਇਹੋ ਜਿਹੀ ਆਵਾਜ਼ ਅੱਗੋਂ ਕੋਈ ਆਕਰਸ਼ਿਤ ਕੀਤਾ ਹੋਏਗਾ,
उन्होंने उकसाया गया लड़की कि तू कहनी मैं छाल मार लगी मार के विखा ज इस तरह की कोई गल की है। हम असी तो इतने नहीं सी लेकिन जजमेंट ये कहती है कि वाकई उन्होंने उकसा के तो वो कोई छाल मरवाई गई है। को कि दिल करता छाल मारने तीजी मंजिल इन्नी उपर थले पक्की जगह वो सिर भार पई है। फिर जी ज सब तो ज़्यादा मेन चीज़ जी वेखन वाली है कि 15 तो 20 मिनट महल वाले दरवाजा खड़काते रहे तो सासू माँ जी चुप करके फोन पर गल्ला करी गई है तो फोन पर गल्ला करती करती आराम आई है धी डिगी हो अपनी ढिडी जमी तो कि वो इस तरह फोन पर गल कर दी रोना पिटना कर दी कई कुछ कर दी लेकिन उन्होंने कोई फिक्र नहीं कि साड़ी नूँह जी है उन्हें छाल मारती तो अपने मौत के घाट उतर चुकी है ज उतर जाने वाली है। मतलब ये जड़िया चीज़ा ने एनालिसिस कर दी। बाकी एस एच ओ साहब ना मेरी गल हुई रमेश कुमार जी ने सिटी एस एच ओ साहब ना उन्हें पूरा विश्वास दिता बाट साहब न थानेदार उन्होंने भेजा आई ओ साहब न अमृतसर वो अमृतसर ही ने इस वेले भी इस वेले अमृतसर ने एस एच ओ साहब कहते जो कार्रवाई बनती है साड़ी अपनी धी है साढ़े महल की धी है साढ़े शहर की धी है जो बनती कार्रवाई ठोके करांगे। ये इत्थे मेरी भतीजी जिहड़ी उह इत्थे विआही गई सी अज तो 5 महीने पहला मार्च महीने ही उहदा विआह कीता सी। असीं तो सोचते हैं कि कुड़ी अपने घर बड़ी सुखी वसदी है बड़ा वधिया वा तो अज मैनूं दुपहरी कोई 11 बजे नाल फोन 11:30 बजे फोन आया 12 बजे कि इदां गुड़िया जिहड़ी कोठे तो डिग पई है। तो मैं तो सोचा कि नॉर्मल पैर पूर स्लिप होया होगा तो मैं अपनी भरजाई नूं कहा मैं चल कोई नहीं शामी जा के असीं पता लै आवांगे। बट बाद चो मैनूं मेरे भुआई का फोन आया कि कुड़ी जिहड़ी है ज़्यादा सीरीयस आ उन्नू बटालियों जवाब देता वा तो उन्हों अमृतसर अमनदीप होस्पिटल लै गए ने। उत्थे जाके मैं देखा कंडीशन बहुत ज़्यादा खराब ही। उस तो बाद अं इतने महल्ले आए हैं तो महल्ले आके अं देखा तो पिक्चर कुछ होर ही कि उन्होंने उकसाया गया वा उन्हें उत्तों छाल मारी है छाल मारन तो बाद 15 मिनट इतने सड़क तो पई रही है तो इन्होंने दरवाज़ा नहीं खोलिया इन्हों का बूआ खड़काया महल्ले वाले ने इंसानियत महल्ले जागती ही जींदी जागती इंसानियत की मिसाल आ कि महल के बच्चों ने उन्होंने जड़ा वा चुक के तो हॉस्पिटल खड़न च मदद की है। महल्ले वाले ने चादर दी इन्होंने अंदरों कपड़ा तक नहीं कट के दिता कि जिद लपेट के तो अं अगे लैके जा सके दवा दारू करा सके महल्ले के प्रैशर करके इन्होंने कह लो कि एक शर्म शर्मसार होने तो बाद कुड़ी जड़ा वा स्कूटरी ते लैके गए ने उ नहीं अगे कभी सानू कोई यह ही अं निश्चिंत ही बेफिक्र ही कि चलो कुड़ी अपने घर जी हसती वसती है अपने घर वधिया रहन रही है पर यह पता ही नहीं कि कुड़ी इन अंदरों अंदर इन्ना परेशान करते हैं। हुण महल्ले च यह भी पता लगन डिया कि इन्हां दे घर अगे भी जिहड़ियां ने झगड़े दियां आवाज़ां बाहर नूं आउंदियां ही नहीं पुलिस नूं हुण नहीं शिकायत की है जिहड़ा एक्सीडेंट है एक्सीडेंट तौर पर ही शिकायत की है। मैं तो उन्हां इन्हां नूं सगों उत्थे सहानुभूति देण डिया कि चलो जे एक्सीडेंट होया वा तो हादसा जिहड़ा किसे दे हथ च नहीं हुंदा पर इत्थे आके पता लगा कि फिल्म कुछ होर ही है हादसा होया नहीं हादसा बनाया गया वा गल का कुछ नहीं पता किसी महल वाले नहीं पता जो उन्होंने मैरिज हुई उदों भी किसी नहीं पता जो आई है उदों पता चलिया विआह हो गया तो कपड़े धो रही हूँ मैं खड़ी हाँ तो आई है फटाफट दौड़ दौड़ के आई है तो उन्हें पैर थले लाया तो उन्होंने मैं क्या ना कर की करती पी हाँ इदा क्या तो पिछे मोड़ लिया उन्हें पैर फिर मेरे वाल देखिया फिर कोई पिछों आवाज़ आई है उन्होंने फिर नहीं उन्हें देखिया फिर फटाफट छाल मारती है इतने बारी नाल पैर वजी आ फिर इतने आके डिगी आ फिर पलट के बाजी इतने डिगी आ तो सस बार बहर आई है काफ़ी टाइम दरवाज़ा खड़कान तो बाद उत्थे खड़ी है फोन पर लगी है वो इतने पई है सारे इतने गली के कट्ठे हो के बच्चे उन्होंने चुक रहे हैं बच्चे चुक रहे हैं वो नहीं आई काफ़ी टाइम बाद आई है तो फोन पर लगी है तो उत्थे अगों कहिंदी इहदा तो दिमाग च नुक्स पै गया तो महला कट्ठा कर लिया इन्हें बस आई थिंक 3 मंथ होए होने नहीं कभी कुछ नहीं देखिया असी पता नहीं लड़ाई झगड़े कभी आवाज़ ही नहीं आई बाहर तक कभी देखिया ही नहीं कुछ इधर सामने आवाज़ आती होगी क्योंकि मे भी आ लागे है सामने वो उत्तों डिगे ही तो मैं उत्तों आया ही तो इतने लंबे पे दे इन्हों का बूआ खड़काया इन्होंने खोलिया नहीं आप चुक के दे हॉस्पिटल लै गए तो नाल इन्हों का मुंडा फिर नाल हो गया बूआ सारा खड़काया तो पहला खोलन नहीं दे 10 मिनट नहीं खोलिया फिर उन्होंने खोलिया तो फिर उन्होंने कहा स्कूटरी लै गया उन्हें स्कूटरी बाहर लिया तो फिर आप मगर बह के मैं उत्तर हॉस्पिटल लै गया पहला तो मैं पता नहीं है क्योंकि मैं काम तेरे ना मैं रात में आना